ਪੇਸ਼ ਹੈ ਮਹਿੰਦਰ ਸਿੰਘ ਸਰਨਾ ਦੀ ਕਹਾਣੀ ਇੱਕ ਬਾਲੜੀ ਦੋ ਪਤਾਸੇ। ਸ਼ਿੰਗਾਰਾ ਸਿੰਘ ਅਤੇ ਉਹਦਾ ਬੇਲੀ ਦਸ ਨੰਬਰੀਆ ਜੈਲਦਾਰ ਸੂਬਾ ਸਿੰਘ ਦੇ ਤਬੇਲੇ ਵਿੱਚ ਦਾਰੂ ਪੀ ਰਹੇ ਸਨ। ਜੈਲਦਾਰ ਆਪਣੇ ਬਾਲ ਬੱਚਿਆਂ ਸਮੇਤ ਅੰਮ੍ਰਿਤਸਰ ਮੱਸਿਆ ਨਹਾਉਣ ਗਿਆ ਸੀ। ਪਿੱਛੇ ਦੀ ਸਾਰੀ ਸਪੁਰਦਗੀ ਉਹ ਕੰਮੀ ਖੇਮੇ ਨੂੰ ਕਰ ਗਿਆ ਸੀ। ਆਤੂ ਦਸ ਨੰਬਰੀਆ ਖੇਮੇ ਦਾ ਸਾਲਾ ਸੀ। ਖੇਮੇ ਦੀ ਇਸ ਚਾਰ ਦਿਨਾਂ ਦੀ ਚੌਧਰ ਸਦਕਾ ਹੀ ਆਤੂ ਅਤੇ ਸ਼ਿੰਗਾਰਾ ਸਿੰਘ ਅੱਜ ਜ਼ੈਲਦਾਰ ਦੇ ਤਬੇਲੇ ਵਿੱਚ ਰਾਣੀ ਖਾਪਣੇ ਬੈਠੇ ਸਨ। ਖੇਮੇ ਨੇ ਵੀ ਦੋ ਘੱਟ ਚੱਖ ਲਈ ਸੀ ਅਤੇ ਹੁਣ ਜੈਲਦਾਰ ਦੀ ਹਵੇਲੀ ਵੱਲ ਫੇਰਾ ਤੋਰਾ ਮਾਰਨ ਤੁਰ ਪਿਆ ਸੀ। ਸ਼ਿੰਗਾਰਾ ਸਿੰਘ ਨੇ ਆਪਣੀ ਪਗੜੀ ਦਾ ਲੜ ਖੋਲ੍ਹਿਆ, ਬੱਧਾ, ਫੇਰ ਖੋਲ੍ਹਿਆ ਅਤੇ ਫੇਰ ਬੰਧਾ ਬੋਲਿਆ, ਮਖਾਂ ਆਤੂ ਖੇਮਾ ਗਿਆ? ਗਿਆ, ਆਤੂ ਨੇ ਲਮਕਵੇਂ ਲਹਿਜੇ ਵਿੱਚ ਆਖਿਆ। ਮਖਾਂ ਚੰਗੀ ਤਰ੍ਹਾਂ ਵੇਖ ਕੇ ਨਿਸ਼ਾ ਕਰ ਲੈ, ਗੱਲ ਤੀਜੇ ਕੰਨੀ ਨਹੀਂ ਚੜ੍ਹਨੀ ਚਾਹੀਦੀ, ਜਾਂ ਤਾਂ ਗੱਲ ਤੇਰੇ ਮੇਰੇ ਵਿੱਚ ਰਹੇਗੀ, ਆਤੂ ਨੇ ਸੂਝਵਾਨ ਫਲਸਫੀਆਂ ਦੇ ਅੰਦਾਜ਼ ਵਿੱਚ ਆਖਿਆ, ਜਾਂ ਫਿਰ ਅਸੀਂ ਦੋਵੇਂ ਨਹੀਂ ਰਹਾਂਗੇ। ਫਾਂਸੀ ਦਾ ਰੱਸਾ ਸਕੇ ਪਿਓ ਦਾ ਲਿਹਾਜ਼ ਨਹੀਂ ਉਹ ਕਰਦਾ? ਫਾਂਸੀ? ਸ਼ਿੰਗਾਰਾ ਸਿੰਘ ਨੇ ਚੌਂਕ ਕੇ ਆਖਿਆ। ਉਹਦੀ ਆਵਾਜ਼ ਪੱਟੀ ਹੋਈ ਸੀ। ਫਿਰ ਉਹਨੇ ਪਗੜੀ ਦਾ ਲੜ ਖੋਲ੍ਹ ਕੇ ਮੱਥੇ ਦੀ ਤਰੇਲੀ ਪੂੰਜੀ ਅਤੇ ਇੱਕੋ ਡੀਕ ਵਿੱਚ ਗਲਾਸ ਖਾਲੀ ਕਰਤਾ। ਕੁਝ ਚਿਰ ਬੜਾ ਸੋਚਵਾਨ ਹੋਇਆ ਬੈਠਾ ਰਿਹਾ, ਫਿਰ ਜਿਗਰਾ ਕਰਕੇ ਬੋਲਿਆ, ਗੱਲ ਤੂੰ ਠੀਕ ਆ ਨਾ ਮੈਂ, ਕਤਲ ਦਾ ਮਾਮਲਾ ਹੋਇਆ, ਖੇਮੇ ਨੂੰ ਭਿਣਕ ਨਹੀਂ ਪੈਣੀ ਚਾਹੀਦੀ। ਮਖਾਂ ਆਤੂ ਤੇਰੇ ਹੱਥ ਕਿਉਂ ਕੰਬੀ ਜਾਂਦੇ ਨੇ? ਐਵੇਂ ਨਾ ਪਿਆ ਆਖ, ਲੈ ਕਿੱਥੇ ਪਏ ਕੰਬਦੇ ਨੇ? ਆਤੂ ਨੇ ਹੱਥਾਂ ਦੀ ਕਰੰਗੜੀ ਪਾ ਕੇ ਉਹਨੂੰ ਕੰਬਣੋਂ ਹਟਾਉਣ ਦਾ ਯਤਨ ਕੀਤਾ। ਫਰਕ ਬਸ ਇੰਨਾ ਸੀ ਕਿ ਪਹਿਲੇ ਹੱਥ ਅੱਡ ਅੱਡ ਕੰਬ ਰਹੇ ਸਨ, ਹੁਣ ਇਕੱਠੇ। ਆਤੂ ਨੇ ਆਪਣੀ ਉਮਰ ਦੇ 45 ਵਰ੍ਹਿਆਂ ਵਿੱਚ ਸਾਰੇ ਕਸਬ ਕੀਤੇ ਸਨ, ਪਰ ਕਿਸੇ ਦਾ ਕਤਲ ਨਹੀਂ ਸੀ ਕੀਤਾ। ਡਰਨਾ, ਸ਼ਿੰਗਾਰਾ ਸਿੰਘ ਨੇ ਹੱਲਾਸ਼ੇਰੀ ਦਿੱਤੀ, ਮੈਂ ਯੂ ਤੇਰੇ ਨਾਲ ਹੋਵਾਂਗਾ। ਅੱਗੋਂ ਧੋਣ 'ਤੇ ਗੰਡਾਸਾ ਤੂੰ ਮਾਰੀ, ਪਿੱਛੋਂ ਮੈਂ ਸਿਰ 'ਤੇ ਘੁਆੜੀ ਮਾਰਾਂਗਾ। ਕੌਣ ਪਿਆ ਡਰਦਾ ਏ? ਆਤੂ ਅੱਧੇ ਗਲਾਸ ਦਾ ਇੱਕੋ ਘੁੱਟ ਕਰਦਾ ਬੋਲਿਆ, ਐਵੇਂ ਨਾ ਪਿਆ ਆਖ, ਮਰ ਗਏ ਆਤੂ ਨੂੰ ਡਰਾਉਣ ਵਾਲੇ। ਪਰ ਆਤੂ ਦੇ ਲਹਿਜੇ ਨੇ ਉਹਦੇ ਵਰਿਆਮ ਬੋਲਾਂ ਦੀ ਸਾਖੀ ਨਾ ਭਰੀ। ਇੱਲਤਾਂ ਕਰ ਲੈਣੀਆਂ, ਚੋਰੀਆਂ ਡਾਕੇ ਮਾਰ ਲੈਣੇ ਸੌਖੇ ਸਨ, ਪਰ ਜਿਉਂਦਾ ਸਿਰੋਂ ਮਾਰ ਸੁੱਟਣਾ ਜਣੇ ਖਣੇ ਦਾ ਕੰਮ ਨਹੀਂ ਸੀ। ਆਤੂ ਨੇ ਹੁਣ ਚਾਰੇ ਘੁੱਟ ਸਿੱਧੇ ਬੋਤਲ ਨੂੰ ਲਾ ਕੇ ਪੀਤੇ ਅਤੇ ਆਪਣੇ ਦਾਈਏ ਨੂੰ ਇੱਕ ਪੀਚਵੀਂ ਗੰਢ ਮਾਰ ਲਈ। ਜਿਹੜਾ ਕੰਮ ਕਰਨਾ ਹੈ ਉਹ ਕਰਨਾ ਹੀ ਹੈ, ਉਹਨੇ ਸੋਚਿਆ, ਬੰਦਾ ਮਾਰਨ ਲੱਗਿਆ ਕਿਹੜੇ ਹਾਲ ਜਾਣੇ ਪੈਂਦੇ ਨੇ, ਮਾੜਾ ਜਿਹਾ ਟੱਕ ਗੰਡਾਸੇ ਦਾ ਲਾ ਛੱਡੋ ਅਤੇ ਬੰਦਾ ਮਰ ਜਾਂਦਾ ਏ। ਹਿੱਕ ਥਾਪੜ ਕੇ ਆਤੂ ਬੋਲਿਆ, ਅੱਜੋਂ ਰਾਤੀ ਜਗੀਰੇ ਵਾਲਾ ਕੰਡਾ ਕੱਢ ਛੱਡਣਾ, ਤੂੰ ਖਾਤਰ ਜਮ੍ਹਾਂ ਰੱਖ ਅਤੇ ਐਵੇਂ ਘਾਬਰਨਾ ਪਿਆ। ਕੌਣ ਪਿਆ ਘਾਬਰਦਾ ਏ? ਸ਼ਿੰਗਾਰਾ ਸਿੰਘ ਨੇ ਆਨੇ ਕੱਢੇ। ਘਾਬਰਦਾ ਨਹੀਂ ਤੇ ਆਹ ਮੁੜ ਮੁੜ ਪੱਗ ਦਾ ਲੜ ਕਿਉਂ ਖੋਲ੍ਹਣਾ ਬੰਨਣਾ ਏ? ਪਗੜੀ ਸੋਰੀ ਢਿੱਲੀ ਹੋ ਗਈ ਏ। ਕੋਈ ਢਿੱਲੀ ਛਿੱਲੀ ਨਹੀਂ ਹੋਈ, ਆਤੂ ਨੇ ਕਿਹਾ, ਕੁਛ ਨਹੀਂ ਹੋਇਆ ਤੇਰੀ ਪੱਗ ਨੂੰ, ਮੈਂ ਅੱਗੇ ਵੀ ਵੇਖਿਆ ਏ, ਜਦ ਤੇਰੇ ਦਿਲ ਵਿੱਚ ਘਾਬਰ ਉੱਠਦੀ ਏ ਨਾ, ਤੂੰ ਨਿਮਾਣੀ ਪੱਗ ਦੇ ਮਗਰ ਪੈ ਜਾਂਦਾ ਏ। ਓਏ ਮੈਂ ਨਹੀਂ ਘਾਬਰਦਾ, ਸ਼ਿੰਗਾਰਾ ਸਿੰਘ ਬੁੜਕਿਆ, ਵੇਖ ਲਈ ਮੈਂ ਤੇਰੇ ਨਾਲ ਜਾਵਾਂਗਾ, ਤੇਰਾ ਗੰਡਾਸਾ ਜੇ ਘੁੱਸ ਗਿਆ ਤਾਂ ਮੇਰੀ ਘੁਆੜੀ ਇੱਕੋ ਵਾਰੀ ਉਹਨੂੰ ਦਫਾੜ ਕਰ ਦੇਵੇਗੀ ਗਿੱਲੀ ਵਾਂਗਰਾਂ। ਬਾਲਾ ਬਰਿਆਮ ਨਾ ਪਿਆ ਬਣ, ਆਤੂ ਨੇ ਚੋਟ ਕੀਤੀ, ਘੁਆੜੀ ਮਾਰਨ ਲਈ ਜੁੱਸੇ ਵਿੱਚ ਲਹੂ ਚਾਹੀਦਾ, ਸ਼ਕਲ ਵੇਖੀ ਉਹ ਆਪਣੀ, ਜਿਵੇਂ ਫਿੱਟੇ ਮੂੰਹ ਸੁੱਕਣੇ ਪਈ ਹੁੰਦੀ ਏ, ਅਤੇ ਆ ਪੀਲੀਆ ਵਸਾਰ ਬਾਹੀ ਜਿਵੇਂ ਬਿੱਜੂ ਕਬਰਾਂ 'ਚੋਂ ਮੁਰਦਾ ਧੂ ਲਿਆਇਆ ਹੋਵੇ। ਤੇਰੀ ਭੱਖ ਦੀ ਜਵਾਨੀ ਸ਼ਿੰਗਾਰਾ ਸਿਆਂ, ਆਹ ਕੁੱਜਰਾਂ ਵਾਲੇ ਦੀ ਹੀਰਾਬਾਈ ਨੇ ਚੂਸ ਲਈ ਹੈ, ਤੇਰੀ ਜਾਇਦਾਦ ਜ਼ਮੀਨ ਵੀ ਕੰਜਰਾਂ ਦੇ ਲੇਖੇ ਲੱਗ ਗਈ, ਨਹੀਂ ਤਾਂ ਪਿੰਡ ਵਿੱਚ ਤੇਰੇ ਵਰਗਾ ਕੌਣ ਸੀ? ਅੱਜ ਤੂੰ ਧੇਲੇ ਧੇਲੇ ਨੂੰ ਮਥਾ ਜਾਈ, ਇਹ ਕੰਮ ਬੜਾ ਮਾੜਾ ਈ, ਅਸੀਂ ਤੇਰੇ ਬੇਲੀ ਹਾਂ, ਤੇਰੀ ਕੋਈ ਗੱਲ ਅੱਜ ਤੱਕ ਪੁੰਜੇ ਨਹੀਂ ਪੈਣ ਦਿੱਤੀ, ਤੇਰਾ ਇਹ ਕੰਮ ਵੀ ਜ਼ਰੂਰ ਕਰਾਂਗੇ ਅਤੇ ਅੱਜੇ ਰਾਤੀ ਕਰਾਂਗੇ, ਫਿਰ ਕਦੀ ਸਾਨੂੰ ਵੀ ਹੀਰਾਬਾਈ ਦਾ ਹੂਟਾ ਲਵਾ ਛੱਡੀ। ਆਤੂ ਬੜੇ ਲੋਰ ਵਿੱਚ ਵਾਰਤਾਲਾਪ ਬੋਲ ਗਿਆ ਸੀ, ਜ਼ਰੂਰ ਜ਼ਰੂਰ,
ਸ਼ਿੰਗਾਰਾ ਸਿੰਘ ਨੇ ਬੜੇ ਦੁਲਾਰ ਨਾਲ ਹਾਮੀ ਭਰੀ। ਤੂੰ ਸਾਡਾ ਯਾਰ ਏ, ਤੇਰੇ ਤੋਂ 20 ਹੀਰਾ ਬਾਈਆਂ ਘੋਲ ਘਮਾਈਆਂ, ਤੂੰ ਸਮੁੱਲੜੀ ਸਾਂਭ ਲਈ, ਬਸ ਇੱਕ ਵਾਰੀ ਤੂੰ ਮੁੰਡੇ ਦਾ ਗਾਟਾ ਲਾਹ ਦੇ, ਫਿਰ ਵੇਖੀ ਮੈਂ ਕੁਹਾੜੀ ਨਾਲ ਕਿੱਦਾਂ ਉਹਦੀ ਲਾਸ਼ ਦੇ ਟੋਟੇ ਕਰਦਾ। ਬੱਲੇ ਬੱਲੇ ਸ਼ਿੰਗਾਰਾ ਸਿਆ, ਆਤੂ ਨੇ ਕਿਹਾ, ਤੇਰੇ ਵਰਗਾ ਸੂਰਵੀਰ ਕਿਸੇ ਮਾਂ ਨਹੀਂ ਜੰਮਣਾ, ਵੇਖ ਲਈ ਕਿਤੇ ਕੁਹਾੜੀ ਜੰਗਾਲੀ ਨਾ ਗਈ ਹੋਵੇ। ਆਤੂ ਦਾ ਵਿਅੰਗ ਸ਼ਿੰਗਾਰਾ ਸਿੰਘ ਨੂੰ ਨਾ ਪੋਹਿਆ, ਗੱਲ ਅਣਸੁਣੀ ਕਰਦਾ ਉਹ ਬੋਲਿਆ, ਜਗੀਰੇ ਦੇ ਕਾਮੇ ਅਲੀ ਮੁਹੰਮਦ ਦਾ ਪਿਸ਼ਾਬ ਬੰਦ ਹੋ ਗਿਆ ਸੀ, ਉਸ ਨੂੰ ਮੰਜੇ 'ਤੇ ਪਾ ਕੇ ਕੁੱਜਰਾਂ ਵਾਲੇ ਲੈ ਗਏ ਨੇ, ਅੱਜ ਕੱਲ੍ਹ ਹਦਵਾਣਿਆਂ ਦੀ ਰਾਖੀ ਜਗੀਰਾ ਆਪ ਖੂਹ 'ਤੇ ਸੌਂਦਾ, ਇਦੂ ਚੰਗਾ ਮੌਕਾ ਮੁੜ ਹੱਥ ਨਹੀਂ ਆਉਣਾ। ਜ਼ੈਲਦਾਰ ਸੂਬਾ ਸਿੰਘ ਦੇ ਤਬੇਲੇ ਵਿੱਚ ਪਕਾਇਆ ਗਿਆ ਇਹ ਮਤਾ ਜ਼ੈਲਦਾਰ ਦੀ ਘੋੜੀ ਨੇ ਸੁਣਿਆ, ਗਾਂ ਅਤੇ ਦੋਹਾਂ ਮਈਆਂ ਨੇ ਸੁਣਿਆ, ਪਰ ਉਹ ਬੇਜ਼ਬਾਨ ਸਨ ਅਤੇ ਕਿੱਲੇ ਨਾਲ ਬੱਚੀਆਂ ਸਨ। ਕਾਲਜਿਆਂ ਉੱਤੇ ਪੱਥਰ ਰੱਖ ਕੇ ਉਹ ਖੁਰਲੀਆਂ ਵਿੱਚ ਮੂੰਹ ਮਾਰਦੀਆਂ ਰਹੀਆਂ, ਪਰ ਜਦੋਂ ਤੱਕ ਇਹ ਕੰਸੋ ਤਬੇਲੇ ਦੇ ਇੱਕ ਖੂੰਜੇ ਬਣੇ ਮੁਰਗੀ ਖਾਨੇ ਦੀਆਂ ਕੁੱਕੜੀਆਂ ਦੇ ਕੰਨੀ ਪਈ ਤਾਂ ਉਹਨਾਂ ਹਾਲ ਪਾਰਿਆ ਕਰ ਦਿੱਤੀ। ਕੁੜ ਕੁੜ ਕਰਦੀਆਂ, ਖੰਭ ਫਟਕਾਉਂਦੀਆਂ ਉਹ ਚਾਰੇ ਪਾਸੇ ਨੱਠ ਭੱਜ ਰਹੀਆਂ ਸਨ। ਤਬੇਲੇ ਦੀ ਕੰਧ ਪਿੰਡ ਦੀ ਧਰਮਸਾਲ ਨਾਲ ਸਾਂਝੀ ਸੀ। ਗਿੱਝੀਆਂ ਹੋਈਆਂ ਕੁੱਕੜੀਆਂ ਤਾਂ ਸਵੇਰੇ ਧਰਮਸਾਲ ਵਿੱਚ ਹਾਜ਼ਰੀ ਭਰ ਕੇ ਕੁਣਕਾਂ ਵੀ ਛਾਕ ਆਉਂਦੀਆਂ ਸਨ। ਅੱਜ ਵੀ ਚਿੱਟੇ ਰੰਗ ਦੀ ਇੱਕ ਉਤਸ਼ਾਹੀ ਕੁੱਕੜੀ ਧਰਮਸਾਲ ਦੀ ਡਿਉੜੀ ਤੱਕ ਪਹੁੰਚ ਗਈ। ਸ਼ਾਇਦ ਉਹ ਧਰਮਸਾਲ ਅੰਦਰ ਜੁੜੀ ਸੰਗਤ ਨੂੰ ਸ਼ਿੰਗਾਰਾ ਸਿੰਘ ਅਤੇ ਆਤੂ ਦੇ ਮਨਸੂਬੇ ਤੋਂ ਜਾਣੂ ਕਰਵਾਉਣਾ ਚਾਹੁੰਦੀ ਸੀ। ਧਰਮਸਾਲ ਦੀ ਡਿਉੜੀ ਵਿੱਚ ਉਹ ਕੁੱਕੜੀ 24 ਵਰ੍ਹਿਆਂ ਦੀ ਇੱਕ ਬਾਲੜੀ ਦੀ ਨਜ਼ਰੀ ਚੜ੍ਹ ਗਈ, ਜੋ ਪ੍ਰਸ਼ਾਦ ਲੈ ਕੇ ਆਪਣੀ ਮਾਂ ਤੋਂ ਪਹਿਲਾਂ ਹੀ ਬਾਹਰ ਆ ਗਈ ਸੀ। ਕੁੱਕੜੀ ਨੂੰ ਵੇਖਦਿਆਂ ਉਹ ਬਾਲੜੀ ਉਹਦੇ ਮਗਰ ਨੱਠੀ। ਉਹਦੇ ਇੱਕ ਹੱਥ ਵਿੱਚ ਪ੍ਰਸ਼ਾਦ ਦੇ ਦੋ ਪਤਾਸੇ ਘੁੱਟੇ ਹੋਏ ਸਨ ਅਤੇ ਦੂਜੀ ਬਾਂਹ ਉਲਾਰ ਕੇ ਉਹ ਕੁੱਕੜੀ ਨੂੰ ਫੜਨ ਦਾ ਯਤਨ ਕਰ ਰਹੀ ਸੀ। ਕੁੜਕੁੜਾਉਂਦੀ ਅਤੇ ਖੰਭ ਫੜਕਾਉਂਦੀ ਕੁੱਕੜੀ ਤਬੇਲੇ ਵਿੱਚ ਜਾ ਵੜੀ ਅਤੇ ਮਗਰ ਮਗਰ ਉਹ ਬਾਲੜੀ ਵੀ। ਅੰਦਰ ਵੜਦਿਆਂ ਹੀ ਕੁੜੀ ਦਾ ਧਿਆਨ ਕੁੱਕੜੀ ਵੱਲੋਂ ਹਟ ਗਿਆ ਅਤੇ ਦਾਰੂ ਪੀਂਦਿਆਂ ਕੋਲ ਰੁਕਦੀ ਉਹ ਬੋਲੀ, ਤੁਸੀਂ ਕੀ ਪੀਂਦੇ ਹੋ? ਕੁਛ ਨਹੀਂ ਕਾਕੋ, ਆਤੂ ਨੇ ਰੁਖਾਈ ਨਾਲ ਬੋਲਿਆ, ਤੂੰ ਇੱਥੇ ਕੀ ਲੈਣ ਆਈ ਹੈ? ਸ਼ਿੰਗਾਰਾ ਸਿੰਘ ਕੁਝ ਨਾ ਬੋਲਿਆ। ਕੁੜੀ ਦੀ ਮਾਸੂਮਤਾ ਅਤੇ ਸਵੱਛਤਾ ਦਾ ਕੀਲਿਆ ਉਹ ਬਿੱਟ ਬਿੱਟ ਉਹਦੇ ਵੱਲ ਵੇਖਦਾ ਰਿਹਾ। ਚਿੱਟੇ ਰਿਬਨਾਂ ਤਾਰਿਆਂ ਵਰਗੀਆਂ ਅੱਖਾਂ ਨਾਲ ਉਹ ਇਸ ਪਿੰਡ ਇਸ ਧਰਤੀ ਦੀ ਨਹੀਂ ਸੀ ਲੱਗਦੀ। ਤੁਸੀਂ ਸ਼ਰਬਤ ਪਏ ਪੀਂਦੇ ਹੋ? ਆਹੋ, ਆਤੂ ਨੇ ਗੱਲ ਮੁਕਾਉਣੀ ਚਾਹੀ। ਮਿੱਠਾ ਏ? ਕੁੜੀ ਨੇ ਪੁੱਛਿਆ। ਨਹੀਂ, ਆਤੂ ਨੇ ਸੱਚੋ ਸੱਚ ਆਖਿਆ। ਕੌੜਾ ਏ? ਆਹੋ। ਮੈਂ ਮਿੱਠਾ ਪਾ ਦਿਆਂ? ਕੁੜੀ ਨੇ ਕਿਹਾ ਅਤੇ ਝੱਟ ਇੱਕ ਇੱਕ ਪਤਾਸਾ ਉਹਨਾਂ ਦੋਹਾਂ ਦੇ ਗਲਾਸ ਵਿੱਚ ਪਾ ਦਿੱਤਾ। ਇਹ ਕੀ ਕੀਤਾ ਏ? ਆਤੂ ਚਿਲਕ ਕੇ ਬੋਲਿਆ। ਧਰਮਸਾਲ ਦਾ ਪ੍ਰਸ਼ਾਦ, ਇਹ ਪਤਾਸਾ ਤੇ ਤੂੰ ਕਿੱਥੇ ਪਾ ਦਿੱਤਾ? ਕਾਹਲੀ ਕਾਹਲੀ ਆਤੂ ਨੇ ਪਤਾਸਾ ਆਪਣੇ ਗਲਾਸ ਵਿੱਚੋਂ ਕੱਢਣ ਦੀ ਕੀਤੀ, ਪਰ ਪਤਾਸਾ ਘੁਲ ਚੁੱਕਾ ਸੀ। ਇੰਨੇ ਨੂੰ ਬਾਲੜੀ ਦੀ ਮਾਂ ਲੱਭਦੀ ਲੱਭਦੀ ਤਬੇਲੇ ਦੇ ਅੰਦਰ ਆ ਗਈ। ਅੰਦਰ ਵੜਦਿਆਂ ਹੀ ਉਸ ਨੂੰ ਸ਼ਰਾਬ ਦੀ ਤੇਜ਼ ਮੁਸ਼ਕ ਆਈ। ਇੱਕ ਹੱਥ ਨਾਲ ਉਸਨੇ ਦੁਪੱਟੇ ਦਾ ਲੜ ਨੱਕ 'ਤੇ ਘੁੱਟ ਲਿਆ ਅਤੇ ਦੂਜੇ ਨਾਲ ਕੁੜੀ ਨੂੰ ਉਲਾਰ ਕੇ ਮੋਢੇ ਲਾਉਂਦੀ ਕਾਹਲੀ ਕਾਹਲੀ ਬਾਹਰ ਨਿਕਲ ਗਈ। ਮੰਤਰ ਮੁਗਧ ਹੋਇਆ ਸ਼ਿੰਗਾਰਾ ਸਿੰਘ ਕਿੰਨਾ ਚਿਰ ਇੱਕ ਟੱਕ ਬਾਹਰਲੇ ਬੂਹੇ ਵੱਲ ਵੇਖੀ ਗਿਆ। ਉੱਧਰ ਕੀ ਵੇਖੀ ਜਾਂਦਾ ਏ? ਆਤੂ ਨੇ ਉਹਨੂੰ ਝੰਜੋੜਿਆ। ਆਤੂ? ਉਹ ਬਾਲੜੀ, ਸ਼ਿੰਗਾਰਾ ਸਿੰਘ ਨੇ ਕਿਹਾ। ਉਹ ਚਲੀ ਗਈ ਏ, ਆਤੂ ਨੇ ਆਖਿਆ। ਉਹਦੀ ਮਾਂ ਉਹਨੂੰ ਚੁੱਕ ਕੇ ਲੈ ਗਈ ਏ? ਆਤੂ? ਉਹ ਬਾਲੜੀ ਪਤਾ ਨਹੀਂ ਕੀ ਕਰ ਗਈ ਏ। ਕੀ ਕਰ ਗਈ ਏ? ਆਤੂ ਬੋਲਿਆ, ਇੱਕ ਇੱਕ ਪਤਾਸਾ ਸਾਡੇ ਗਲਾਸ 'ਚ ਪਾ ਗਈ ਏ। ਨਹੀਂ, ਸ਼ਿੰਗਾਰਾ ਸਿੰਘ ਨੇ ਆਪਣਾ ਹੱਥ ਛਾਤੀ ਉੱਤੇ ਰੱਖਦਿਆਂ ਆਖਿਆ, ਉਹ ਬਾਲੜੀ ਮੈਨੂੰ ਇੱਥੇ ਕੁਛ ਕਰ ਗਈ ਏ। ਕੋਈ ਅਕਲ ਦੀ ਗੱਲ ਕਰ ਸ਼ਿੰਗਾਰਿਆ, 24 ਵਰ੍ਹਿਆਂ ਦੀ ਉਹ ਬਾਲੜੀ ਤੈਨੂੰ ਇੱਥੇ ਕੀ ਕਰ ਗਈ ਏ? ਆਤੂ ਨੇ ਹੱਥ ਆਪਣੀ ਛਾਤੀ 'ਤੇ ਰੱਖਦਿਆਂ ਪੁੱਛਿਆ। ਕੁਛ ਨਾ ਪੁੱਛ ਆਤੂ, ਉਹਨੂੰ ਵੇਖਦਿਆਂ ਸਾਰ ਮੇਰੇ ਅੰਦਰ ਸਭ ਕੁਛ ਉਲਟ ਪੁਲਟ ਹੋ ਗਿਆ ਹੈ, ਕੁਛ ਚੰਗਾ ਚੰਗਾ ਹੋ ਗਿਆ। ਮੇਰੇ ਅੰਦਰ ਜਿਹੋ ਜਿਹਾ ਪਹਿਲਾਂ ਕਦੇ ਕੁਛ ਨਹੀਂ ਸੀ ਹੋਇਆ। ਬੋਤਲ ਮੁਕਾਉਣ ਦੀ ਕਰ, ਆਤੂ ਨੇ ਕਿਹਾ, ਅਤੇ ਐਵੇਂ ਜਬਰੀਆਂ ਨਾ ਪਿਆ ਮਾਰ। ਨਹੀਂ ਆਤੂ,
ਹੁਣ ਨਹੀਂ ਮੇਰੀ ਪੀਣ ਨੂੰ ਰੂਹ ਕਰਦੀ। ਫਿਰ ਕਾਹਦੇ 'ਤੇ ਕਰਦੀ ਹੈ ਤੇਰੀ ਰੂਹ? ਆਤੂ ਨੇ ਪੁੱਛਿਆ। ਮੇਰੀ ਰੂਹ? ਮੇਰੀ ਰੂਹ ਰੋਣ ਨੂੰ ਕਰਦੀ ਏ, ਸ਼ਿੰਗਾਰਾ ਸਿੰਘ ਨੇ ਅੱਥਰੂਆਂ ਭਿੱਜੀ ਆਵਾਜ਼ ਵਿੱਚ ਕਿਹਾ। ਰੋ ਲਾ ਫਿਰ, ਆਤੂ ਬੋਲਿਆ, ਰੋਣ 'ਤੇ ਕਿਹੜਾ ਮੁੱਲ ਲੱਗਦਾ? ਅਜੇ ਗੱਲ ਆਤੂ ਦੇ ਮੂੰਹ ਵਿੱਚ ਹੀ ਸੀ ਕਿ ਸ਼ਿੰਗਾਰਾ ਸਿੰਘ ਫਿੱਸ ਪਿਆ ਅਤੇ ਅਗਲੇ ਪਲ ਆਤੂ ਵੇਖ ਕੇ ਹੈਰਾਨ ਹੋਇਆ। ਗੋਡਿਆਂ ਵਿੱਚ ਸਿਰ ਲੁਕਾਈ ਉਹ ਭੁੱਬਾਂ ਮਾਰ ਮਾਰ ਕੇ ਰੋ ਰਿਹਾ ਸੀ। ਆਤੂ ਨੇ ਉਹਦੇ ਰੋਣ ਵਿੱਚ ਕੋਈ ਵਿਘਨ ਨਾ ਪਾਇਆ। ਜਦੋਂ ਭੁੱਬਾਂ ਡਸਕੋਰੇ ਬਣ ਗਏ ਤਾਂ ਸ਼ਿੰਗਾਰਾ ਸਿੰਘ ਨੇ ਕਹਿਣਾ ਸ਼ੁਰੂ ਕੀਤਾ, ਮੇਰੀ ਘਰਵਾਲੀ ਪਹਿਲੀ ਜੰਮਣੀ ਵਿੱਚ ਹੀ ਮਰ ਗਈ ਅਤੇ ਉਹਦੇ ਨਾਲ ਹੀ ਮੇਰਾ 8 ਦਿਨਾਂ ਦਾ ਪੁੱਤਰ ਵੀ। ਮੁੜ ਕੇ ਮੈਨੂੰ ਕਿਸੇ ਨੇ ਸਾਕ ਨਾ ਦਿੱਤਾ ਅਤੇ ਮੈਂ ਕੰਜਰਾਂ ਦੇ ਕੋਠਿਆਂ 'ਤੇ ਖੀਹਾਂ ਖਾਂਦਾ ਫਿਰਿਆ। ਮੇਰਾ ਪੁੱਤਰ ਜਿਉਂਦਾ ਰਹਿੰਦਾ ਤਾਂ ਅੱਜ ਨੂੰ ਇਸ ਬਾਲੜੀ ਵਰਗੀ ਮੇਰੀ ਪੋਤਰੀ ਹੋਣੀ ਸੀ। ਮੈਂ ਉਹਨੂੰ ਚੁੱਕੀ ਫਿਰਦਾ, ਉਹਨੂੰ ਮੋਢੇ ਲਾ ਕੇ ਧਰਮਸਾਲ ਲੈ ਜਾਂਦਾ। ਲੈ ਆਹ ਕਿਹੜੀ ਵੱਡੀ ਗੱਲ ਏ, ਜਗੀਰਾ ਇੱਕੀਆਂ ਬਾਈਆਂ ਦਾ ਗੱਭਰੂ ਏ, ਜਾਇਦਾਦ ਜ਼ਮੀਨ ਵਾਲਾ, ਉਹਨੂੰ 20 ਸਾਕ ਆਉਂਦੇ ਨੇ, ਉਹਦਾ ਵਿਆਹ ਕਰ, ਹੋਰ ਉਹਦਾ ਕੌਣ ਏ? ਫਿਰ ਪਿਆ ਖਿਡਾਈ ਪੋਤਰੀਆਂ ਪੋਤਰੇ? ਤੂੰ ਆਪਣੇ ਜਗੀਰੇ ਦੀ ਗੱਲ ਕਰਦਾ ਏ? ਮੇਰੇ ਆਪਣੇ ਜਗੀਰੇ ਦੀ? ਸ਼ਿੰਗਾਰਾ ਸਿੰਘ ਨੇ ਮੂਰਖਾਂ ਵਾਂਗ ਪੁੱਛਿਆ। ਆਹੋ ਭਤੀਜੇ ਤੇਰੇ ਦੀ, ਆਤੂ ਨੇ ਕਿਹਾ, ਜਿਸ ਦਾ ਅੱਜ ਰਾਤੀ ਅਸਾਂ ਕਤਲ ਕਰਨਾ ਏ। ਨਾ ਨਾ ਆਤੂ, ਸ਼ਿੰਗਾਰਾ ਸਿੰਘ ਨੇ ਹੱਥ ਜੋੜਦਿਆਂ ਤੜਫ ਕੇ ਆਖਿਆ, ਵਾਸਤਾ ਹੀ ਗੁਰੂ ਦਾ, ਮੁੜ ਕੇ ਗੱਲ ਮੂੰਹੋਂ ਨਾ ਕੱਢੀ।